Mazhar Ali Tabish. Bismillahir Rahmanir Rahim. ke Sarayki meri khushi di wajah eh hai ke kal Hindko conference thi si ta unda naam vi Hindko Sarayki conference mera loka di ik munfarid zuban hai aur Dr. Christopher Shikar ho jata hai aap se bhi jhel gaye ta unhan hi us Sarayki ka naam dita hua hai Dr. Asim Baba ji the optimum by the Sindhi to the lady of the people falsified by the fact that term is not a Sindhi word grammatically. It would have been given because in Sindhi ki Hindi is converted in Hawale Million Jawali Sindhi Mashur Tehzeeb was loved for Islam Adendo Turki ke raaz kyon karun mushte ka jha jha te istan insani bastiyan vi kehwan Dariya e Hakra de mukammal taur te khush thiwan la tahqeeq de baad e acha ban sande jo wadi Sindhi mashhoor tazeeb Hakra ka mashhoor thai e itu de ibtidai wasi wadi Sindhi asal tazeeb de bare san e gal to had tak durust hai jo insaan da pehla se manjuka ਇਹ ਸਫ਼ਰ ਜਨੂਬੀ ਏਸ਼ੀਆ ਦੇ ਸਹਿਮੀ ਇਲਾਕੇ ਦੇ ਨਾਲ ਨਾਲ ਜਾਰੀ ਰਿਹਾ ਤੇ ਇਹ ਖਾਨੀ ਦੌਰ ਤੋਂ ਖਤਮ ਥਿਵਣ ਦੇ ਬਾਅਦ 18000 ਸਾਲ ਕਬਲ ਸ਼ੁਮਾਲ ਮਸ਼ਰਕੀ ਅਫਰੀਕਾ ਤੋਂ ਸ਼ੁਰੂ ਹੋਇਆ ਅਤੇ ਗਰਮ ਇਲਾਕੇ ਤੇ ਖਸੂਸਨ ਵਾਦੀ ਸਿੰਧ ਅਤੇ ਜਨੂਬੀ ਏਸ਼ੀਆ ਤਾਈਂ ਵੰਡ ਪੁਜਾ ਇਹ ਲੋਕ ਜ਼ਿਆਦਾਤਰ ਵਾਦੀ ਸਿੰਧ ਵਿੱਚ ਆਬਾਦ ਹੈ ਸਮਝਿਆ ਐਵੇਂ ਦੇ ਜੋ ਮਕਰਾਨ ਦੇ ਪੁਰਾਣੇ ਵਾਸੀ ਤੇ ਜਜ਼ਾਇਰ ਇੰਡੀਮਾਨ ਦੇ ਲੋਕਾਂ ਵਿੱਚ ਉਹਨਾਂ ਕਦੀਮ ਅਫਰੀਕੀ ਲੋਕਾਂ ਦੇ ਨਸਲੀ ਅਸਰਾਤ ਲੱਭਦੇ ਨੇ ਇਹ ਲੋਕ ਯਕੀਨੀ ਤੌਰ ਤੇ ਦਰਿਆਏ ਹਾਕੜਾ ਦੇ ਕਿਨਾਰੇ ਵਾਦੀਏ ਹਾਕੜਾ ਵਿੱਚ ਆਬਾਦ ਥਏ ਹੋਸਨ ਇਹ ਲੋਕ ਹੰਟਰ ਅਤੇ ਗੈਦਰਰ ਹਨ ਇਹ ਵਾਸਤੇ ਇਹਨਾਂ ਕਹਿੰ ਬਈ ਜਹਾ ਤੇ ਕਹਿੰ ਬਈ ਤਹਿਜ਼ੀਬ ਦੀ ਬੁਨਿਆਦ ਨਾ ਰੱਖੀ ਤਾਂ ਸਰੈਕੀ ਅਤੇ ਸਿੰਧੀ ਜ਼ਬਾਨ ਦੇ ਮਸਲਨ ਨਾਨਾ ਨਾਨੀ ਮਾਮਾ ਮਾਮੀ ਸਾਲਾ ਸਾਲੀ ਮਾਸੀ ਸਾਂਢੂ ਕੰਡਾ ਖੁਰੀ ਨੱਤ ਜੰਗ ਕਾਜਲ ਅਤੇ ਪੀੜੀ ਦਾ ਲਫ਼ਜ਼ ਮੰਡਾਰੀ ਜ਼ਬਾਨ ਵਿੱਚ ਵੀ ਮੌਜੂਦ ਹੈ ਮੰਡਾ ਤੋਂ ਬਾਅਦ ਦਰਾਵੜੀ ਵਸੇਬੀ ਚਾਹੇ ਉਹਨਾਂ ਦੀ ਕਾਸ਼ਤਕਾਰੀ ਦਾ ਅੰਦਾਜ਼ ਮੰਡਾ ਕਬੈਲ ਵਾਂਗੂ ਹੈ ਅਤੇ ਤਾਮੀਰਾਤ ਦੇ ਨਮੂਨੇ ਹੜੱਪਾ ਤੇ ਮੰਜੋਦੜੋ ਨਾਲ ਰਲਦੇ ਮਿਲਦੇ ਹਨ ਦਰਾਵੜਾਂ ਦੀ ਤਹਿਜ਼ੀਬ ਢੇਰੇ ਠੇੜੀਆਂ ਅਤੇ ਬਹਿ ਵੀ ਬਹੁਤ ਸਾਰੇ ਨਮੂਨੇ ਉਹਨਾਂ ਦੀ ਤਹਿਜ਼ੀਬ ਦੇ ਸਾਰੇ ਦਮਾਨ ਵਸੇਬ ਅਤੇ ਮੱਕਲ ਬਾਦ ਵਿੱਚ ਮੌਜੂਦ ਹੈ ਦਰਾਵੜਾਂ ਦੇ ਬਾਅਦ ਆਰੀਆ ਆਏ ਤੇ ਵੱਲ ਇਹ ਤ੍ਰੀਏ ਤਹਿਜ਼ੀਬਾਂ ਯਾਨੀ ਮੰਡਾ ਦਰਾਵੜ ਤੇ ਆਰੀਆ ਈ ਧਰਤੀ ਤੇ ਰਲਦਾਂ ਮਿਲਦਾਂ ਅਤੇ ਵਿਖਰਦੇ ਨਿਆਂ ਵਨ ਪਵਨ ਨੇ ਤਹਜ਼ੀਬੀ ਮੇਲ ਜੋਲ ਨਾਲ ਆਰੀਆ ਤਹਜ਼ੀਬ ਦਾ ਬਹੁ ਘੱਟ ਅਸਰ ਮੰਡਾ ਤੇ ਦਰਾਵੜਾਂ ਤੇ ਥੀਵਾ ਇਵੇਂ ਆਰੀਆਈ ਜ਼ਬਾਨ ਤੇ ਸਕਾਫਤ ਦੇ ਮੰਡਾ ਤੇ ਦਰਾਵੜਾਂ ਦਾ ਅਸਰ ਜ਼ਿਆਦਾ ਥੀਆ ਕਿਉਂ ਜੋ ਇਹ ਤਹਿਜ਼ੀਬਾਂ ਭੋਏ ਵਾਸੀ ਹਨ ਇਹ ਮੁਖਸਰ ਹਵਾਲੇ ਨਾਲ ਤਾਂ ਇਹ ਜ਼ਹਿਰ ਥਿੰਦੇ ਜੋ ਸਰੈਕੀ ਈ ਵਸੇਬ ਦੀ ਪਹਿਲੀ ਇਬਤਦਾਈ ਇਨਸਾਨੀ ਜ਼ਬਾਨ ਆਈ ਜਿਹੜੀ ਆਪਣੇ ਜਿਹੜੀ ਪਹਿਲੇ ਅਫਰੀਕੀ ਇਨਸਾਨ ਇੱਥਾਂ ਗਿਨਾਏ ਹਨ ਅਤੇ ਉਹ ਹੁਣ ਮਾਦੂਮ ਹੈ ਬਾਅਦ ਵਿੱਚ ਇੱਥਾਂ ਮੰਡਾ ਕਬੈਲ ਦੀਆਂ ਜ਼ਬਾਨਾਂ ਰਹਿ ਗਈਆਂ ਅਤੇ ਵੱਲ ਦਰਾਵੜੀ ਜ਼ਬਾਨ ਵਰਤੀ ਗਈ ਸਰੈਕੀ ਜ਼ਬਾਨ ਦੀ ਬੁਨਿਆਦ ਇਨ੍ਹਾਂ ਜ਼ਬਾਨਾਂ 'ਤੇ ਜੈ ਬਾਅਦ ਵਿੱਚ ਵਸੀ ਪੈਮਾਨੇ 'ਤੇ ਆਰੀਆਈ ਅਸਰ ਕਬੂਲ ਕੀਤੇ ਬਾਅਦ ਵਿੱਚ ਤੁਰਕੀ ਫਾਰਸੀ ਅਤੇ ਅਰਬੀ ਜ਼ਬਾਨ ਦੇ ਅਸਰ ਪਏ ਤੇ ਸਰੈਕੀ ਜ਼ਬਾਨ ਦੀ ਮੌਜੂਦਾ ਸ਼ਕਲ ਬਣੀ ਸਰੈਕੀ ਦੀ ਕਦਮਤ ਦੀ ਇੱਕ ਦਲੀਲ ਇਹ ਵੀ ਹੈ ਜੋ WW ਹੰਟਰ ਇੰਪੀਰੀਅਲ ਗਜ਼ਟੀਅਰ ਆਫ ਇੰਡੀਆ ਵਿੱਚ ਲਿਖਦੇ ਨੇ ਜੋ ਕਦੀਮ ਬੋਲੀਆਂ ਜਾਂ ਪ੍ਰਾਕ੍ਰਿਤ ਨਾ ਤਾਂ ਸਰੈਕੀ ਨਾ ਤਾਂ ਸੰਸਕ੍ਰਿਤ ਚੋਂ ਨਿਕਲੀਆਂ ਅਤੇ ਨਾ ਹੀ ਕੋਈ ਇਹਦੀ ਵਜਾਵੀ ਸ਼ਕਲ ਹੈ ਬਲਕਿ ਇਹ ਇੱਕ ਇਹ ਜਿਹੀ ਕਦੀਮ ਜ਼ਬਾਨ ਦਾ ਪਤਾ ਨਹੀਂ ਜਿਹੜੀਆਂ ਸੰਸਕ੍ਰਿਤ ਅਤੇ ਵੈਦਾਂ ਕੋਲ ਬਹੁਤ ਪਹਿਲੇ ਮੌਜੂਦ ਹਨ ਆਮ ਬੋਲਚਾਲ ਦੀ ਜ਼ਬਾਨ ਹਨ ਲੈਂਗੁਇਸਟਿਕ ਸਰਵੇ ਆਫ ਇੰਡੀਆ ਦੇ ਲਿਖਾਰੀ ਜਾਰਜ ਗਰੀਸਨ ਵੀ ਇਹ ਗੱਲ ਤੇ ਮੁਤਫਿਕ ਹਨ ਅਤੇ ਤਸਦੀਕ ਕਰਦੇ ਹਨ ਜੋ ਸੰਸਕ੍ਰਿਤ ਇੱਥੋਂ ਦੀ ਜ਼ਬਾਨ ਦੇ ਨਾ ਤਾਂ
सर्फ नाव दे कोई असर सटे ते ना ही संस्कृत दा कोई तरकीबी अंसर इंदी ग्रामर च मौजूद है। हिकबई तहकीक सुमेरी जबान दे मुतलक है जो सुमेरी तहजीब दा सिंधी तहजीब दी रूमी नसल नाल बहु करीबी तालक है। ए ता ही हकीकत है कि जो सुमेरी तहजीब दे शुमाली इराक च रहण वाले लोग आपको अशूर याद हैं ते उन्हां दे देवता दा नाम भी अशूर है जेको अशूरिया अशूरी दी लफ्ज़ जेकर अशूरिया या अशूर दी लफ्ज़ी हकीकत को डिठा वजे तो दरिया सिंध दे नाल नाल शोरी कौम हुण भी पूरे सरेकी वसेब मौजूद है। तो ये भी मुमकिन है जो असहूर का लफ्ज़ भी अशूर दी कहीं तब्दील थी हुई सूरत मौजूद होवे। इवें ही सिंधी ते सरेकी च शोरी कौम सुमेरी जबान दियां तरकीबा भी मौजूद हैं। सुमेरी जबान च की दा जग मतलब जगह है। सुमेरी जबान दा लहका सिर्फ वादी सिंधी च ही मुरवेज है। हुणी कई बस्तियां ते शहरां दे नां च की दा लहका मौजूद है। मसलन भिड़की ओड़की बलोचकी पतोकी इवें कई लफ्जा नाल की का दा लहका उहे मानी देंदे। आखिर ते मैं जाल ग्रीसन अपनी तकसीम सिंधी ते सरायकी को बैरूनी दहरेज रखा ते पंजाबी को अंदरूनी जबान दे दहरेज रखा क्यों जो संस्कृत आया दी तहरीक पंजाबी जबान सिक्कां दी गौर मुखी दे असर संस्कृत ज़्यादा थी गई दरमियानी।